सारे हिंदुस्तान च जिहड़ा विरोध प्रदर्शन असीं कर रहे हां, जिहड़े सानू अलाउंसेस वगैरह सी असीं मिनिमम साडे वेजेस सी वधाउण दी 4 महीने दी मनिया सरकार ने लई सी ਉਹ ਖਟਾਈ 'ਚ ਪੈਂਦੀ ਦਿਸ ਰਹੀ ਆ। ਨਾ ਸਰਕਾਰ ਵੱਲੋਂ ਕੋਈ ਆਸ਼ਵਾਸਨ ਆ ਕਿਉਂਕਿ ਚੋਣ ਜਾਬਤਾ ਨਜ਼ਦੀਕ ਭਵਿੱਖ 'ਚ 2-4 ਦਿਨ 'ਚ ਸ਼ਾਇਦ ਲੱਗ ਜਾਵੇ, ਅਤੇ ਉਸ ਦੇ ਬਾਵਜੂਦ ਫਿਰ ਮੈਨੂੰ ਇਹ ਨਹੀਂ ਲੱਗਦਾ ਵੀ ਸਾਡੇ ਜਿਹੜੇ ਪੱਤੇ ਆ ਇਹਨਾਂ ਬਾਰੇ ਕੋਈ ਫੈਸਲਾ ਹੋ ਸਕੂ। ਅਸੀਂ ਅੰਤਮ ਗੱਲ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਜਿਹੜੀ ਨਵੰਬਰ ਦੀ ਔਰ ਦਸੰਬਰ ਦੀਆਂ ਬਾਕੀ ਜਿਹੜੀਆਂ ਤਨਖਾਹਾਂ ਨੇ ਸਾਨੂੰ ਨਕਦੀ ਦੇ ਰੂਪ 'ਚ ਦਿੱਤੀਆਂ ਜਾਣ। ਅਗਰ ਅਸੀਂ ਲਾਈਨਾਂ ਵਿੱਚ ਲਾ ਕੇ ਪੈਸੇ ਲੈਣ ਲੱਗ ਗਏ ਤਾਂ ਫਿਰ ਜਿਹੜੀਆਂ ਗੱਡੀਆਂ ਖੜਨਗੀਆਂ, ਕਿਉਂਕਿ ਜਾਂ ਅਸੀਂ ਬੈਂਕਾਂ 'ਤੇ ਜਾਵਾਂਗੇ ਜਾਂ ਟ੍ਰੇਨਾਂ ਚਲਾਵਾਂਗੇ, ਅਤੇ ਉਹ ਗੱਡੀਆਂ ਖੜਨ ਦੀ ਜ਼ਿੰਮੇਵਾਰੀ ਜਿਹੜੀ ਉਹ ਇਸ ਟਾਈਮ ਮੌਜੂਦਾ ਸਰਕਾਰ ਦੀ ਹੋਊਗੀ। ਇਹੀ ਸਾਡਾ ਜਿਹੜਾ ਸਰਕਾਰ ਨੂੰ ਅਸੀਂ ਇੱਕ ਚੇਤਾਵਨੀ ਦਿੰਦੇ ਹੋਏ ਇਹਦੇ ਨਾਲ ਹੀ ਅਸੀਂ ਆਪਣੀ ਇਹ ਗੱਲ ਜਿਹੜੀ ਸਮਾਪਤ ਕਰਦੇ ਹਾਂ। ਧੰਨਵਾਦ। ਐਸੋਸੀਏਸ਼ਨ ਅੱਜ ਪੂਰੇ ਦੇਸ਼ ਦੇ ਵਿੱਚ ਨਾਰਦਰਨ ਰੇਲਵੇ ਮੈਨ ਯੂਨੀਅਨ ਅਤੇ AIRF ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਜਿਹੜੇ ਆ ਕੀਤੇ ਜਾ ਰਹੇ ਆ। ਅੱਜ ਦੋ ਕਾਰਨਾਂ ਕਰਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਆ। ਇੱਕ ਤਾਂ ਵਿਰੋਧ ਪ੍ਰਦਰਸ਼ਨ ਇਸ ਕਰਕੇ ਆ ਕਿ 2 ਜੁਲਾਈ ਦੀ ਹੜਤਾਲ ਦੀ ਵਾਪਸੀ ਇਸ ਕਰਕੇ ਹੋਈ ਸੀ ਕਿ ਸਰਕਾਰ ਨੇ ਕਿਹਾ ਸੀ ਕਿ ਇਹ ਤਨਖਾਹ ਜਿਹੜੀ ਆ 18,000 ਤੋਂ 26,000 ਤੱਕ ਕਰਨ ਦੇ ਬਾਰੇ ਫੈਸਲਾ ਜਿਹੜੀ ਆ 4-ਮੈਂਬਰੀ ਕਮੇਟੀ ਕਰੇਗੀ। ਉਹਦਾ 4 ਮਹੀਨੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਨਵੀਂ ਪੈਨਸ਼ਨ ਯੋਜਨਾ ਨੂੰ ਰੱਦ ਕਰਕੇ ਕੋਈ ਗਰੰਟਡ ਪੈਨਸ਼ਨ ਜਿਹੜੀ ਆ ਉਹ ਦਿੱਤੀ ਜਾਏਗੀ, ਇਹਦੇ ਵਾਸਤੇ ਫੈਸਲਾ ਕਰਨਾ ਸੀ। ਨਵੇਂ ਪੇ 7ਵੇਂ ਪੇ ਕਮਿਸ਼ਨ ਦੇ ਵਿੱਚ ਰਿਵਾਈਜ ਪੇ ਹੋਣ ਤੋਂ ਬਾਅਦ ਜਿਹੜੇ ਭੱਤੇ ਆ ਉਹਦੇ ਵਿੱਚ ਰਿਵੀਜ਼ਨ ਕਰਨਾ ਸੀ। ਰਨਿੰਗ ਸਟਾਫ ਦੇ ਕੰਮ ਘੰਟਿਆਂ ਦੇ ਵਿੱਚ ਜਿਹੜਿਆ ਵਾ ਤਬਦੀਲੀ ਲਿਆਉਣੀ ਸੀ, ਘਟਾਉਣਾ ਸੀ। ਇਹ 4 ਮੁੱਦਿਆਂ ਦੇ ਉੱਤੇ ਉਹ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕਰਨੀ ਸੀ। ਨਵੰਬਰ 1 ਨਵੰਬਰ ਨੂੰ ਪੇਸ਼ ਕਰਨੀ ਸੀ। ਅੱਜ ਦਸੰਬਰ ਦਾ ਵੀ ਅੱਧ ਲਗਭਗ ਨਿਕਲ ਚੱਲਿਆ, ਪਰ ਅੱਜ ਕੱਲ੍ਹ ਤਾਂ ਅੱਜ ਤੱਕ ਉਹ ਰਿਪੋਰਟ ਜਿਹੜੀ ਆ ਪੇਸ਼ ਨਹੀਂ ਕੀਤੀ ਗਈ। ਅਸੀਂ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਰਿਪੋਰਟ ਜਲਦੀ ਤੋਂ ਜਲਦੀ ਮੁਲਾਜ਼ਮਾਂ ਦੀਆਂ ਇੱਛਾਵਾਂ ਦੇ ਮੁਤਾਬਕ ਜਿਹੜੀ ਆ ਉਹ ਰਿਪੋਰਟ ਪੇਸ਼ ਕੀਤੀ ਜਾਵੇ। ਦੂਸਰੀ ਮੁਸੀਬਤ ਜਿਹੜੀ ਆ ਅੱਜ ਦੇ ਜਿਹੜੇ ਪ੍ਰਸ਼ਾਸਨ ਦੀ ਆ, ਅੱਜ ਡਿਮੋਨਸਟ੍ਰੇਸ਼ਨ ਦੀ ਆ, ਉਹ ਆ ਨੋਟਬੰਦੀ। ਅੱਜ ਭਾਰਤ ਸਰਕਾਰ ਵੱਲੋਂ ਮੋਦੀ ਵੱਲੋਂ ਇੱਕ ਫਰਮਾਨ ਜਾਰੀ ਕਰਕੇ ਦੇਸ਼ ਦੇ ਪੂਰੇ ਲੋਕਾਂ ਨੂੰ ਜਿਹੜਾ ਮੁਸੀਬਤ ਦੇ ਵਿੱਚ ਡਾਲ ਪਾਇਆ ਹੋਇਆ। ਇਹਦੇ ਵਿੱਚ ਰੇਲ ਮੁਲਾਜ਼ਮੀ ਜਿਹੜੇ ਆ ਵਾਂਝੇ ਨਹੀਂ ਰਹੇ। ਸਿਰਫ 10,000 ਰੁਪਈਆ ਖਰਚਾ ਚਲਾਉਣ ਵਾਸਤੇ ਪਿਛਲੇ ਮਹੀਨੇ ਤਨਖਾਹ ਦਿੱਤੀ ਗਈ। ਲੰਬੀਆਂ ਲੰਬੀਆਂ ਕਤਾਰਾਂ ਵੇਖ ਕੇ ਕਿਸੇ ਦਾ ਹੌਂਸਲਾ ਨਹੀਂ ਪੈਂਦਾ ਵੀ ਉਹ ਆਪਣੀ ਜਿਹੜੀ ਆ ਤਨਖਾਹ ਲੈ ਸਕੇ। ਇਹੀ ਹਾਲ ਜਿਹੜਾ, ਇਹ ਤੋਂ ਬੁਰਾ ਹਾਲ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ, ਦਸੰਬਰ ਦੀ ਤਨਖਾਹ ਜਿਹੜੀ ਜਨਵਰੀ 'ਚ ਮਿਲਣੀ ਆ ਉਹ ਹੋਣ ਵਾਲਾ। ਅਸੀਂ ਆਸ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਜਨਵਰੀ ਮਹੀਨੇ ਦੀ ਤਨਖਾਹ ਜਿਹੜੀ ਆ ਉਹ ਨਗਦ ਜਿਹੜੀ ਆ ਮੁਲਾਜ਼ਮਾਂ ਨੂੰ ਜਿਹੜੀ ਆ ਦਿੱਤੀ ਜਾਵੇ। ਜੇ ਇਹ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਰੇਲ ਮੁਲਾਜ਼ਮਾਂ ਅਤੇ ਆਮ ਜਨਤਾ ਦੇ ਵਿੱਚ ਰੋਸ ਆ, ਇਹਦਾ ਵਿਸਫੋਟ ਵੀ ਹੋ ਸਕਦਾ। ਰੇਲ ਮੁਲਾਜ਼ਮ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਖ਼ਤ ਐਕਸ਼ਨ ਵੀ ਕਰਨ ਵਾਸਤੇ ਮਜਬੂਰ ਹੋਣਗੇ। ਮੈਂ ਅੱਜ ਦੇ ਦਿਨ 'ਤੇ ਮੈਂ ਪਰਮਿੰਦਰ ਸਿੰਘ ਗਰੇਵਾਲ, ਬ੍ਰਾਂਚ ਸੈਕਟਰੀ ਇੰਜੀਨੀਅਰਿੰਗ ਬ੍ਰਾਂਚ ਨਾਰਦਰਨ ਰੇਲਵੇ ਮੈਨ ਯੂਨੀਅਨ ਲੁਧਿਆਣਾ। ਮੈਂ ਆਜ ਹਮ ਆਪਕੋ ਬਤਾਨਾ ਚਾਹਤੇ ਹੈ ਕਿ ਆਲ ਇੰਡੀਆ ਰੇਲਵੇ ਮੈਨ ਫੈਡਰੇਸ਼ਨ ਕੀ ਕਾਲ ਪਰ ਸਾਰੇ ਭਾਰਤ ਮੇਂ ਜੋ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਉਸਮੇਂ ਹਮਾਰੇ 52 ਅਲਾਉਂਸੇ ਜੋ ਇਹਨਾਂ ਨੇ 4 ਮਹੀਨੇ ਕੀ ਆਪਣੀ ਮੌਲਤ ਲਈ ਸੀ ਮੋਦੀ ਸਰਕਾਰ ਨੇ, ਔਰ ਉਸਕੋ 4 ਮਹੀਨੇ ਮੇਂ ਦੇਨੇ ਕਾ ਜੋ ਵਾਅਦਾ ਕੀਆ ਹੈ, ਔਰ ਉਸਕੇ ਸਾਥ ਸਾਥ ਜੇ 4 ਮਹੀਨੇ ਹੋਣ ਕੇ ਬਾਅਦ ਕੋਈ ਵੀ ਅਭੀ ਇਹਨਾਂ ਨੇ ਕੋਈ ਸਿਟਿੰਗ ਨਹੀਂ ਕੀ, ਕੋਈ ਵਾਅਦਾ ਨਹੀਂ ਕੀਆ, ਔਰ ਆਗੇ ਜੈਸੇ ਹਮੇਂ ਡਰ ਹੈ ਕਿ ਚੋਣ ਜਾਬਤਾ ਲੱਗਣੇ ਵਾਲਾ ਹੈ, ਅਗੇ ਫਰਵਰੀ ਤੱਕ ਵੀ ਹਮੇਂ ਜੇ ਉਮੀਦ ਹੈ ਕਿ ਜੇ ਹਮੇਂ ਨਹੀਂ ਦੇਂਗੇ ਜੇ ਆਪਣੇ ਜੋ ਹੱਕ ਹੈ, ਔਰ ਇਸਕੇ ਲਈ ਹਮ ਸਰਕਾਰ ਕੋ ਚੇਤਾਵਨੀ ਦੇਣਾ ਚਾਹਤੇ ਹਾਂ। ਸਾਥ ਸਾਥ ਹਮਾਰੀ ਨਵੰਬਰ ਔਰ ਜੋ ਦਸੰਬਰ ਵਾਲੀ ਤਨਖਾਹ ਹੈ ਵੋ ਵੀ ਜੋ ਨੋਟਬੰਦੀ ਕੇ ਕਾਰਨ ਹਮੇਂ ਨਹੀਂ ਮਿਲ ਪਾ ਰਹੀ, ਔਰ ਅਗਰ ਹਮ ਲਾਈਨੋਂ ਮੈਂ ਜਾ ਕਰ ਬੈਂਕੋਂ ਮੈਂ ਜਾ ਕਰ ਪੈਸੇ ਵਿਦਡਰਾ ਕਰਨ ਕੇ ਲਈ 2-2 ਹਜ਼ਾਰ ਕੇ ਲਈ ਖੜੇ ਰਹੇ ਤੋ ਜੋ ਗਾੜੀਆਂ ਚੱਲਣਾ ਅਸੰਭਵ ਹੈ ਮੇਰੇ ਖਿਆਲ ਮੇਂ। ਇਸ ਲਈ ਇਸ ਪਰ ਸਰਕਾਰ ਕੋ ਗੌਰ ਕਰਨਾ ਚਾਹੀਏ, ਹਮਾਰੀ ਸਾਰੀ ਜੋ ਮੰਗੇ ਹੈ ਉਨਕੋ ਸਾਥ ਸਾਥ ਉਸਕੋ ਮਾਨਤੇ ਹੋਏ, ਔਰ ਨੋਟਬੰਦੀ ਪਰ ਜੋ ਹਮੇਂ ਪ੍ਰੋਬਲਮ ਆ ਰਹੀ ਹੈ ਉਸਕਾ ਨਿਵਾਰਨ ਕੀਆ ਜਾਏ। ਧੰਨਵਾਦ।